ਸੰਗਰੂਰ ਪੁਲਿਸ ਨੇ ਮੈਡੀਕਲ ਨਸ਼ਾ ਵੇਚਣ ਦੇ ਦੋਸ਼ 'ਚ ਰਾਹੁਲ ਵਾਲੀਆ ਨਾਂ ਦੇ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਹੈ। ਐਸ.ਪੀ.ਟੀ. ਪਰਮਜੀਤ ਸਿੰਘ ਗੁਰਾਇਆ ਨੇ ਦੱਸਿਆ ਕਿ ਦੋਸ਼ੀ ਪਾਸੋਂ ਭਾਰੀ ਮਾਤਰਾ 'ਚ ਨਸ਼ੀਲੀਆਂ ਦਵਾਈਆਂ ਬਰਾਮਦ ਹੋਈਆਂ ਨੇ। ਜਿਵੇਂ ਜੀਰੀ ਜੂਰੀ ਲੱਗਣੀ ਹੈ ਲੋਕ ਨਸ਼ਾ ਨੂੰਸ਼ਾ ਕਰਦੇ ਆ ਤੇ ਇਹ ਮੈਡੀਕਲ ਨਸ਼ਾ ਦੂਸਰੇ ਨਸ਼ੇ ਨਾਲੋਂ ਥੋੜਾ ਜਿਆਦਾ ਸਸਤਾ ਹੈ। ਲੇਕਿਨ ਇਹਨਾਂ ਦੇ ਲਈ ਵੇਚਣ ਵਾਲਿਆਂ ਲਈ ਇਹ ਧੰਦਾ ਜਿਹੜਾ ਕਰਦੇ ਨੇ ਇਹਨਾਂ ਲਈ ਕਾਫੀ ਪ੍ਰੋਫਿਟੇਬਲ ਹੈ ਤੇ ਈਜ਼ੀ ਲਿਆਉਣਾ ਵੀ ਸੌਖਾ ਦੂਜੇ ਦੇ ਕੰਪੈਰੀਟਿਵਲੀ। ਲੁਧਿਆਣਾ ਉਹ ਇਹ ਲੈ ਕੇ ਆਉਂਦਾ ਸੀ ਬੰਦੇ ਕਿਹੜੇ ਤੋਂ ਲਿਆਂਦਾ ਸੀ ਉਹ ਅੱਜ ਅਸੀਂ ਪੁੱਛਾਂਗੇ ਇੰਟਰੋਗੇਸ਼ਨ 'ਚ ਪਲੱਸ ਜਿਹੜੇ ਅਮਲੀ ਠੰਮਲੀ ਨੇ ਹੋਰ ਨੇ ਈਵਨ ਇਹ ਅਮਲੀ ਤਾਂ ਛੱਡੋ ਕਾਲਜ ਦੇ ਮੁੰਡੇ ਵੀ ਇਹ ਨਸ਼ਾ ਕਰਦੇ ਨੇ ਇਹ ਵੀ ਗੱਲ ਸਾਹਮਣੇ ਆਈ ਹੈ ਵੀ ਇਹ ਕੋਈ ਕੋਈ ਸ਼ਤ ਤੱਕ ਲੜਕੀਆਂ ਵੀ ਨਸ਼ਾ ਕਰਦੀਆਂ ਨੇ ਫੜਿਆ ਗਿਆ ਵਿਅਕਤੀ ਲੁਧਿਆਣਾ ਤੋਂ ਸਸਤੇ ਭਾਅ 'ਚ ਦਵਾਈਆਂ ਲਿਆ ਕੇ ਝੋਨਾ ਲਾਉਣ ਵਾਲੇ ਮਜ਼ਦੂਰ ਨੂੰ ਮਹਿੰਗੇ ਭਾਅ 'ਚ ਵੇਚਦਾ ਸੀ ਇਸ ਤੋਂ ਇਲਾਵਾ ਇਸ ਦੇ ਗਾਕਾਂ 'ਚ ਕਾਲਜ ਦੇ ਮੁੰਡੇ ਕੁੜੀਆਂ ਵੀ ਸ਼ਾਮਲ ਨੇ ਪੁਲਿਸ ਨੇ ਰਾਹੁਲ ਖਿਲਾਫ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।